ਪੰਜਾਬ ਦਾ ਸ਼ੇਰ ਪੁੱਤਰ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇੱਕ ਵਾਰੀ ਫਿਰ ਪਰਦੇ 'ਤੇ ਇਕੱਠੇ ਦਿਖਾਈ ਦੇ ਸਕਦੇ ਨੇ। ਅਗਰ ਸੂਤਰਾਂ ਦੀ ਮੰਨੀਏ ਤਾਂ ਇਸ ਜੋੜੀ ਨੇ 2001 ਵਿੱਚ ਗਦਰ ਇੱਕ ਪ੍ਰੇਮ ਕਥਾ ਸੁਪਰ ਹਿੱਟ ਫਿਲਮ ਬਾਲੀਵੁੱਡ ਨੂੰ ਦਿੱਤੀ ਸੀ। ਇਸ ਫਿਲਮ ਨੂੰ ਖਾਸ ਕਰਕੇ ਪੰਜਾਬ ਵਿੱਚ ਬਹੁਤ ਪਸੰਦ ਕੀਤਾ ਗਿਆ ਸੀ ਅਤੇ ਨਾਲ ਨਾਲ ਫਿਲਮ ਦੇ ਗੀਤਾਂ ਨੂੰ ਹਰ ਇੱਕ ਸ਼ਖਸ ਨੇ ਪਸੰਦ ਕੀਤਾ ਸੀ ਅਤੇ ਡਾਇਲੋਗਸ ਦਾ ਤਾਂ ਕਹਿਣਾ ਕੀ ਹੈ, ਅੱਜ ਵੀ ਹਰ ਇੱਕ ਦੀ ਜ਼ੁਬਾਨ 'ਤੇ ਚੜੇ ਹੋਏ ਨੇ। ਤਾਰਾ ਸਿੰਘ, ਸਕੀਨਾ ਅਤੇ ਉਹਨਾਂ ਦੇ ਪੁੱਤਰ ਚਰਨਜੀਤ ਦੀ ਇਹ ਖੂਬਸੂਰਤ ਕਹਾਣੀ 18 ਸਾਲ ਬਾਅਦ ਗਦਰ ਇੱਕ ਪ੍ਰੇਮ ਕਥਾ ਦੇ ਸੀਕੁਅਲ ਵਿੱਚ ਦੁਬਾਰਾ ਨਜ਼ਰ ਆਵੇਗੀ। ਫਿਲਮ ਦੀ ਕਾਸਟ ਤਕਰੀਬਨ ਸੇਮ ਹੋਵੇਗੀ, ਪਰ ਖਾਸ ਗੱਲ ਇਹ ਹੈ ਕਿ ਇਸ ਵਾਰ VFX ਦੀ ਵਰਤੋਂ ਖੂਬ ਕੀਤੀ ਜਾਵੇਗੀ ਅਤੇ ਜਿੱਥੇ 2.5 ਕਿਲੋ ਦਾ ਹੱਥ ਹੋਵੇ ਉੱਥੇ ਸ਼ੇਰ ਵਰਗੀ ਦਹਾੜ ਅਤੇ ਐਕਸ਼ਨ ਹੋਣਾ ਤਾਂ ਲਾਜ਼ਿਮ ਹੈ। ਦੋਸਤੋ, ਹੁਣ ਵੇਖਣਾ ਤਾਂ ਇਹ ਹੋਵੇਗਾ ਕਿ ਇਹ ਸੁਪਰ ਹਿੱਟ ਜੋੜੀ ਦੁਬਾਰਾ ਗਦਰ ਮਚਾ ਸਕੇਗੀ ਜਾਂ ਨਹੀਂ। हौसला और जुनून कुछ नहीं है अगर ना हो काबिलियत। इसी काबिलियत को जांच पर रखकर देश के 160 प्लेयर्स जुड़ गए हैं IPKL के साथ अपने जौहर दिखाने। जब शुरुआत इतनी मजबूत होगी तो अंजाम तो यादगार होगा ही। इसलिए अब ये खेल बदलेगा। 13 में से देखिए इंडो इंटरनेशनल प्रीमियर कबड्डी लीग। ਕੈਨੇਡਾ SDS ਪ੍ਰਣਾਲੀ ਦੇ ਅੰਦਰ 1 ਸਾਲ ਦੀ ਫੀਸ, 1 ਸਾਲ ਦੀ GIC ਅਤੇ IELTS ਵਿੱਚ 6 ਈਚ ਬੈਂਡ ਹੁਣ ਲਾਜ਼ਮੀ ਕਰ ਦਿੱਤੇ ਗਏ ਹਨ। ਸੋ ਜੇ ਤੁਸੀਂ ਸਪਟੈਂਬਰ SDS ਸਕੀਮ ਤਹਿਤ ਅਪਲਾਈ ਕਰਨਾ ਚਾਹੁੰਦੇ ਹੋ, ਅੱਜ ਹੀ ਕੰਟੈਕਟ ਕਰੋ 92563 92563।